ਚਲੋ ਜੀ, ਜਲੰਧਰ ਪੱਛਮੀ ਦੇ ਵਿੱਚ ਵੋਟਾਂ ਪੈਣ ਦਾ ਕੰਮ ਨਿਬੜ ਗਿਆ। ਸਵੇਰੇ 7 ਵਜੇ ਪੋਲਿੰਗ ਸ਼ੁਰੂ ਹੋਈ ਅਤੇ 6 ਵਜੇ ਜਿੰਨੇ ਲੋਕ ਖੜ੍ਹੇ ਸੀ ਉਹ ਹੀ ਹੁਣ ਅੰਦਰ ਵੋਟ ਪਾ ਸਕਦੇ ਸੀ। 6 ਵਜੇ ਤੋਂ ਬਾਅਦ ਨਵਾਂ ਕੋਈ ਪੋਲਿੰਗ ਬੂਥ ਦੇ ਅੰਦਰ ਨਹੀਂ ਜਾ ਸਕਦਾ ਸੀ। 181 ਵੋਟਿੰਗ ਸੈਂਟਰਾਂ ਦੇ ਵਿੱਚ ਅੱਜ ਵੋਟਾਂ ਪਈਆਂ। ਸੋ ਇਹ ਜਿਸ ਜੋਸ਼ ਨਾਲ ਲੋਕਾਂ ਨੇ ਵੋਟ ਪਾਈ, ਜਿਸ ਵੱਡੀ ਗਿਣਤੀ 'ਚ ਬਾਹਰ ਨਿਕਲ ਕੇ ਵੋਟ ਪਾਈ, ਸੋ ਇਹ ਫੈਸਲਾ ਕੁੱਲ ਜੰਗ ਬਣ ਚੁੱਕੀ ਹੈ। ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ 1,71,963 ਕੁੱਲ ਵੋਟਰਾਂ ਦੇ ਵਿੱਚੋਂ ਕਿੰਨੇ ਵੋਟਰ ਭੁਗਤੇ ਨੇ, ਕਿਉਂਕਿ 90,000 ਦੇ ਕਰੀਬ 99,629 ਇੱਥੇ ਮਰਦ ਵੋਟਰ ਨੇ, 82,326 ਬੀਬੀਆਂ ਵੋਟਰ ਨੇ ਅਤੇ 8 ਤੀਜਾ ਜੈਂਡਰ ਵੋਟਰ ਹੈ। ਸੋ ਸੂਟ ਅਤੇ ਸ਼ਰਾਬ ਦੇ ਦੌਰ ਨੂੰ ਲੈ ਕੇ ਖਾਸੀ ਚਰਚਾ ਹੁੰਦੀ ਰਹੀ। ਕਿਹਾ ਦੇਖੋ ਭਾਈ ਸੂਟ ਫੜ ਲਏ, ਆ ਸ਼ਰਾਬ ਦੀ ਗੱਡੀ ਫੜ ਲਈ। ਚੰਨੀ ਜੀ ਕਹਿੰਦੇ ਭਾਈ ਸੂਟ ਲੈ ਜਾਓ, ਰਾਸ਼ਨ ਲੈ ਜਾਓ, ਹੈ ਨਾ, ਵੰਡਰ ਚਾਹੇ ਆਪ ਵਾਲੇ ਰਹੇ ਨੇ, ਫੜ ਅਸੀਂ ਲਏ, ਪਰ ਤੁਹਾਡਾ ਕੋਈ ਮਸਲਾ ਨਹੀਂ। ਇੱਥੇ ਸਿੱਧੇ ਰੂਪ 'ਚ ਅੱਜ ਦੀ ਵੋਟ ਦੇ ਦੌਰਾਨ ਵੀ ਹੰਗਾਮਾ ਵੀ ਹੁੰਦਾ ਰਿਹਾ, ਕਈ ਥਾਵਾਂ 'ਤੇ ਧੱਕਾ ਮੁੱਕ ਵੀ ਹੋਈ, ਵਰਕਰ ਵੀ ਭਿੜੇ। ਛਿਤਰੂ ਨਾਲ ਇਹ ਵੀ ਕਿਹਾ ਕਿ ਮੇਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਹੈ, ਮੈਨੂੰ ਧਮਕੀਆਂ ਮਿਲ ਰਹੀਆਂ। ਜਾਂ ਉਹਨਾਂ ਨੇ ਲਾਈਵ ਹੋ ਕੇ ਇਹ ਵੀ ਕਿਹਾ ਕਿ ਆਹ ਦੇਖੋ ਜੀ, ਮੇਰੀ ਗ੍ਰਿਫਤਾਰੀ ਦੀ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ। ਸੋ ਇਸ ਤਰ੍ਹਾਂ ਦੀ, ਪਰ ਚਲੋ ਜੀ, ਸ਼ਸ਼ੀ ਰਿੰਕੂ ਵੀ ਉੱਥੇ ਨੇ, ਸ਼ੀਤ ਰੰਗਲਾਲ ਵੀ ਉੱਥੇ, ਉਹਨਾਂ ਨੇ ਵੋਟ ਵੀ ਪਾਈ ਆ। ਸੁਰਿੰਦਰ ਕੌਰ ਵੀ ਉੱਥੇ ਨੇ, ਸੁਰਜੀਤ ਕੌਰ ਵੀ ਉੱਥੇ, ਉਹਨਾਂ ਨੇ ਵੋਟ ਵੀ ਪਾਈ ਆ। ਸੋ ਪਰ ਇੱਥੇ ਮੁੱਖ ਮੁਕਾਬਲਾ ਸੱਤਾਧਾਰੀ ਅਤੇ ਆਮ ਆਦਮੀ ਪਾਰਟੀ, ਜਿਹਦਾ ਮੌਜੂਦਾ ਐੱਮ ਐੱਲ ਏ ਸੀ ਨੇ ਅਸਤੀਫਾ ਦਿੱਤਾ, ਅਤੇ ਉਹਦੇ ਨਾਲ ਕਾਂਗਰਸ ਅਤੇ ਬੀਜੇਪੀ 'ਚ। ਵੈਸੇ ਪਿਛਲੇ ਜੇਕਰ ਆਪਾਂ ਦੇਖੀਏ ਤਾਂ ਪਿਛਲੀ ਵਾਰ ਇੱਥੋਂ ਆਮ ਆਦਮੀ ਪਾਰਟੀ ਜਿੱਤਦੀ ਆ, ਉੱਥੋਂ ਪਹਿਲਾਂ ਇੱਥੋਂ ਕਾਂਗਰਸ ਜਿੱਤਦੀ ਆ, ਉਹਤੋਂ ਪਹਿਲਾਂ ਇੱਥੋਂ ਭਾਜਪਾ ਜਿੱਤਦੀ ਆ। ਸੋ ਪਿਛਲੀਆਂ 3 ਵਿਧਾਨ ਸਭਾ ਚੋਣਾਂ ਦੇ ਵਿੱਚ 3 ਵਾਰ ਵੱਖੋ ਵੱਖਰੀਆਂ ਪਾਰਟੀਆਂ ਜਿੱਤੀਆਂ। ਮੈਂ 2022 ਦੀ ਜੇਕਰ ਗੱਲ ਕਰਾਂ ਤਾਂ ਆਮ ਆਦਮੀ ਪਾਰਟੀ ਇੱਥੋਂ 39,000 ਤੋਂ ਵੱਧ ਵੋਟ ਲੈ ਕੇ ਜਾਂਦੀ ਹੈ, ਲਗਭਗ 33%। ਕਾਂਗਰਸ ਇੱਥੋਂ ਸ਼ਸ਼ੀ ਰਿੰਕੂ ਦੂਏ ਨੰਬਰ 'ਤੇ ਰਹਿੰਦਾ, 30% ਵੋਟ ਲੈ ਕੇ ਜਾਂਦਾ, 34,000 ਵੋਟ। ਬੀਜੇਪੀ ਇੱਥੋਂ ਮਹਿੰਦਰ ਭਗਤੋਰੀ 3 ਨੰਬਰ 'ਤੇ ਰਹਿੰਦੇ ਆ, 33,000 ਵੋਟ, 28% ਵੋਟ। ਸੋ ਇਹ 2022 ਹੈ, ਜਦੋਂ ਕਿ ਲੋਕ ਸਭਾ ਚੋਣਾਂ 'ਚ ਕਾਂਗਰਸ ਬਾਜੀ ਮਾਰ ਗਈ ਸੀ ਇਸ ਹਲਕੇ ਦੇ ਵਿੱਚੋਂ। ਇਸ ਲੋਕ ਸਭਾ ਚੋਣਾਂ ਦੇ ਦੌਰਾਨ ਜਲੰਧਰ ਪੱਛਮੀ ਦੇ ਵਿਧਾਨ ਸਭਾ ਹਲਕੇ 'ਚੋਂ ਚੰਨੀ ਹੋਰੀ 44,000 ਵੋਟ ਲੈ ਗਏ ਸੀ, ਭਾਜਪਾ ਵਾਲੇ ਸ਼ੀਤਲ ਉਂਗਰਾਲ ਹੋਰੀ, ਮਤਲਬ ਸ਼ਸ਼ੀਲ ਰਿੰਕੂ ਹੋਰੀ 42,000 ਵੋਟ ਲੈ ਗਏ ਸੀ, ਆਮ ਆਦਮੀ ਪਾਰਟੀ ਵਾਲੇ ਪਵਨ ਕੁਮਾਰ ਟਿੰਨੂ ਇੱਥੋਂ 15,000 ਵੋਟ ਲੈ ਗਏ ਸੀ। ਉਹ 27,28,000 ਵਾਲਾ ਪਾੜਾ ਹੁਣ ਮੁੱਖ ਮੰਤਰੀ ਸਾਹਿਬ ਨੇ ਬੁਰੀ ਜ਼ੋਰ ਅਜ਼ਮਾਇਸ਼ ਕੀਤੀ ਹੈ, ਉਹ ਅੱਜ ਪਾਰ ਹੁੰਦਾ ਕਿ ਨਹੀਂ ਦੇਖਣ ਵਾਲੀ ਗੱਲ ਹੋਊਗੀ। ਪਰ ਪਿਛਲੀਆਂ 3 ਵਿਧਾਨ ਸਭਾ ਚੋਣਾਂ ਦੇ ਵਿੱਚ 2012 'ਚ ਇੱਥੋਂ ਭਾਜਪਾ ਜਿੱਤਦੀ ਹੈ, ਚੁੰਨੀ ਲਾਲ ਭਗਤੋਰੀ ਖੁਦ ਜਿੱਤਦੇ ਨੇ, ਉਹ ਤੋਂ ਬਾਅਦ ਮੁੰਡਾ ਚੋਣ ਲੜ ਰਿਹਾ ਲਗਾਤਾਰ, ਚਲੋ ਹਾਰ ਰਿਹਾ ਇਸ ਵਾਰ ਦੇਖਦੇ। ਫਿਰ 2017 ਕਾਂਗਰਸ ਜਿੱਤਦੀ ਹੈ ਸ਼ਸ਼ੀਲ ਰਿੰਕੂ, ਫਿਰ 2022 ਸ਼ੀਤਲੂ ਰਾਜ ਜਿੱਤ ਲਿਆ। ਪਰ 17 ਔਰ 22 ਦੇ ਵਿੱਚ ਭਾਜਪਾ ਵੱਲੋਂ ਮਹਿੰਦਰ ਭਗਤ ਲੜ ਕੇ ਚੋਣ ਹਾਰ ਗਏ, ਹੁਣ ਆਮ ਆਦਮੀ ਪਾਰਟੀ ਵੱਲੋਂ ਕਿਸਮਤ ਅਜਮਾ ਰਹੇ ਆ। ਸੋ ਦੇਖਦੇ ਹਾਂ ਇੱਧਰ ਭਾਜਪਾ ਵਾਲੇ ਪਾਸੇ ਹੁਣ ਆਮ ਆਦਮੀ ਪਾਰਟੀ ਵਾਲਾ ਹੈ ਕਿ ਸ਼ੀਤਲ ਉਂਗਰਾਲ ਇੱਧਰ ਆ ਗਿਆ। ਸੋ ਇਸ ਲਈ ਹੁਣ ਸੋ ਇੱਥੇ 3 ਵਾਰ 12, 17 ਅਤੇ 22 3 ਵਾਰ ਵੱਖੋ ਵੱਖ ਪਾਰਟੀਆਂ ਜਿੱਤੀਆਂ, 12 'ਚ ਭਾਜਪਾ, 17 'ਚ ਕਾਂਗਰਸ, 22 'ਚ ਆਪ। ਸੋ ਹੁਣ ਜਲੰਧਰ ਪੱਛਮੀ ਦੇ ਵੋਟਰ ਕੀ ਫੈਸਲਾ ਲੈਂਦੇ ਆ ਉਹ ਦੇਖਦੇ ਹਾਂ ਜੀ। ਸੋ ਫਿਲਹਾਲ ਮੁਕਾਬਲਾ ਮਹਿੰਦਰ ਭਗਤ ਦੇ ਵਿੱਚ, ਸੁਰਿੰਦਰ ਕੌਰ ਦੇ ਵਿੱਚ ਔਰ ਸ਼ੀਤਲ ਉਂਗਰਾਲ ਦੇ ਵਿੱਚ ਮੰਨਿਆ ਜਾ ਰਿਹਾ। ਸੋ ਕਿਹੜਾ ਬਾਜੀ ਲੈ ਕੇ ਜਾਂਦਾ ਦੇਖਦੇ ਹਾਂ। ਅੱਜ 7 ਸੂਬਿਆਂ ਦੀਆਂ 13 ਸੀਟਾਂ ਦੇ ਉੱਤੇ, ਜਿਨ੍ਹਾਂ 'ਚ ਹਿਮਾਚਲ ਦੀਆਂ ਵੀ 3 ਨੇ, ਉਹਨਾਂ 'ਤੇ ਵੋਟਾਂ ਦਾ ਕੰਮ ਨਿਬੜਿਆ। ਸੋ 13 ਨੂੰ ਨਤੀਜੇ ਆਉਣੇ, ਇੱਥੋਂ ਬਾਅਦ ਅਗਲੀਆਂ ਜ਼ਿਮਨੀ ਚੋਣਾਂ ਦੀ ਵੀ ਤਿਆਰੀ ਹੈ ਜੀ।